ਸੋ ਇਸ ਵੇਲੇ ਅਸੀਂ ਮੋਹਾਲੀ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਪੁਰਾਣਾ ਗੁਰਦੁਆਰਾ ਸਾਹਮਣੇ ਸੜਕ ਕਿਨਾਰੇ ਜਿਹੜਾ ਕਿ ਜੰਗਲਾਤ ਵਿਭਾਗ ਦਾ ਏਰੀਆ, ਉੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਅੱਗ ਲੱਗੀ ਹੈ ਅਤੇ ਹਰ ਪਾਸੇ ਧੂਏ ਦਾ ਗੁਬਾਰ ਹੀ ਤੁਹਾਨੂੰ ਨਜ਼ਰ ਆਵੇਗਾ। ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ, ਜਿੱਥੇ ਕਿ ਦੇਖ ਸਕਦੇ ਹੋ ਵੱਡੀ ਜਿਹੜੀ ਹੈ ਉਹ ਮਾਤਰਾ ਦੇ ਵਿੱਚ ਜਿਹੜੀ ਕਿ ਏਰੀਆ ਹੈਗਾ ਉਹ ਅੱਗ ਦੀ ਚਪੇਟ ਦੇ ਵਿੱਚ ਆ ਚੁੱਕਿਆ ਅਤੇ ਹਰ ਪਾਸੇ ਧੂੰਆਂ ਹੀ ਧੂੰਆਂ ਤੁਹਾਨੂੰ ਦੇਖਣ ਨੂੰ ਮਿਲਿਆ, ਜਿਸ ਕਰਕੇ ਜਿਹੜਾ ਕਿ ਮੇਨ ਹਾਈਵੇ ਆ ਉੱਥੇ ਵੀ ਆਵਾਜਾਈ ਦੇ ਵਿੱਚ ਵਿਘਨ ਪੈ ਰਿਹਾ। ਅਤੇ ਉਹ ਦੂਜੇ ਪਾਸੇ ਜਿਹੜੀ ਜਿਵੇਂ ਹੀ ਇਸ ਅੱਗ ਲੱਗਣ ਦੀ ਸੂਚਨਾ ਮਿਲਦੀ ਆ ਫਾਇਰ ਬ੍ਰਿਗੇਡ ਨੂੰ, ਤਾਂ ਮੌਕੇ ਦੇ ਉੱਪਰ ਜਿਹੜਾ ਕਿ ਫਾਇਰ ਬ੍ਰਿਗੇਡ ਦਾ ਦਸਤਾ ਪਹੁੰਚਿਆ ਹੈਗਾ ਆ ਅਤੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਅੱਗ ਦੇ ਉੱਪਰ ਕਾਬੂ ਪਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਜਿਹੜਾ ਕਿ ਸੁਰੱਖਿਆ ਨੂੰ ਲੈ ਕੇ ਵੀ ਇਸ ਜਿਹੜੇ ਇੰਤਜ਼ਾਮ ਨੇ ਉਹ ਕੀਤੇ ਗਏ ਨੇ। ਦੇਖ ਸਕਦੇ ਹੋ ਕਿ ਹਰ ਪਾਸੇ ਤੁਹਾਨੂੰ ਧੂੰਆਂ ਹੀ ਧੂੰਆਂ ਜਿਹੜਾ ਉਹ ਨਜ਼ਰ ਆਵੇਗਾ। ਕੁਝ ਜਿਹੜੇ ਸਿਕਿਉਰਿਟੀ ਅਫਸਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਤੇ ਅਫਸਰ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਵਜ੍ਹਾ ਰਹੀ ਹੈ ਇਹਦੇ ਨੇ ਅਤੇ ਕੀ ਕਾਰਨ ਰਿਹਾ ਅੱਗ ਲੱਗਣ ਦਾ, ਉਸ ਸੰਬੰਧੀ ਜਿਹੜੀ ਹੈ ਗੱਲਬਾਤ ਕਰਾਂਗੇ। ਬਾਈ ਜੀ ਕੀ ਕੀ ਕਾਰਨ ਹੈ? ਅੱਗ ਲੱਗੀ ਮੈਂ ਉੱਥੇ ਨਾਲ ਕੋਠੀ ਉਹਦੀ ਭਜਾ ਕੇ ਗਏ, ਉਹਨਾਂ ਨੇ ਧਿਆਨ ਦੇਖਿਆ ਨਹੀਂ, ਹੁਣ ਉਹ ਸਿਰੇ ਤੱਕ ਜੰਗਲ ਆ ਪੂਰੇ ਦਾ ਪੂਰਾ। ਅੱਛਾ, ਉਹ ਅੱਗ ਲੱਗੀ ਪਈ ਆ, ਕਿਸੇ ਨੂੰ ਕਈ ਦਾ ਸੱਪ ਮਰ ਚੁੱਕੇ ਅੰਦਰ। ਤੇ ਕਿੰਨਾ ਕੁ ਏਰੀਆ ਇਸ ਸਮੇਂ ਜਿਹੜਾ ਕੀ ਇਹ ਨਾਣਾ ਕਰ ਦੇ? 5 ਕਿੱਲੇ ਦਾ ਇਹ, ਘੱਟੋ ਘੱਟ 5 ਕਿੱਲੇ ਏਰੀਆ। ਤੇ ਇਹ ਜਿਹੜੀ ਜੰਗਲਾਤ ਵਿਭਾਗ ਦੀ ਜ਼ਮੀਨ ਹੈ ਜਾਂ ਕੋਈ ਰਹਾਇਸ਼ੀ? ਇਹ ਬਾਈ ਪਤਾ ਨਹੀਂ ਕਿਹਦੀ ਜ਼ਮੀਨ ਆ, ਕਿਹਦੀ ਨਹੀਂ ਆ, ਨਾਲ ਕੋਠੀਆਂ ਨੇ ਸਰਕਾਰੀ। ਅੱਛਾ, ਉਹ ਉੱਥੇ ਪਰਾਂ ਦੀ ਇੱਕ ਬਾਈ ਆ, ਪਰਾਂ ਆਹ ਜਿਹੜੇ ਦੁਆਰੇ ਕਹਿੰਦੇ ਅਸੀਂ ਉੱਥੇ ਪਹਿਲਾਂ ਭਜਾ ਕੇ ਗਏ ਹਾਂ। ਅੱਛਾ, ਉਦੋਂ ਤਾਂ ਕਾਬੂ ਹੋਈ ਹੋ ਨਹੀਂ, ਤਾਂ ਭਜਾਈ ਨਹੀਂ। ਉਹ ਕਦੋਂ ਲੱਗੀ ਸੀ ਅੱਗ? ਇਹ ਘੰਟਾ ਪਹਿਲਾਂ, ਉਹ 1 ਘੰਟਾ ਪਹਿਲਾਂ ਲੱਗੀ ਆ, ਉਹ ਅੱਗ ਬੁਝਾ ਕੇ ਗਏ ਅਤੇ ਨਾਲ ਹੀ ਪੂਰੀ ਅਤੇ ਨਾਲ ਦੀ ਨਾਲਾ ਲੱਗ ਗਈ। ਆਹ ਮੁੰਡੇ ਖੜੇ ਨੇ, ਇਹਨਾਂ ਨੇ ਹੱਥਾਂ ਨਾਲ ਭਜਾਈ ਆ। ਅੱਛਾ, ਕਈ ਦਾ ਸੱਪ ਅੰਦਰ ਸੱਪ ਤੁਰੇ ਫਿਰਦੇ ਸੀ ਮਰੇ ਵੇਲੇ, ਮਰ ਗਏ ਸੱਪ। ਅਤੇ ਹੋਰ ਵੀ ਜਿਹੜੇ ਕਿ ਜੰਤੂ ਹੋ ਸਕਦੇ ਨੇ ਇਸਦੇ ਅੰਦਰ? ਬਾਈ ਹੋ ਸਕਦਾ ਜੰਗਲ ਏਰੀਆ, ਕੁੱਤਾ ਬਿੱਲਾ ਕੁਛ ਵੀ ਹੋ ਸਕਦਾ, ਪੰਛੀ ਬਥੇਰੇ ਮਰ ਗਏ। ਸਿਰਫ ਇੱਕ ਸਾਹਿਬ ਦੀ ਕੋਠੀ ਅੱਗ ਕੋਲ ਪਹੁੰਚੀ, ਉੱਥੇ ਤੱਕ ਕਹਿੰਦਾ ਰਹੇ ਉੱਥੇ ਸਾਹਿਬ ਕੋਲ ਲੱਗੀ ਸੀ ਅੱਗ, ਤਾਂ ਉੱਥੋਂ ਕਹਿੰਦੇ ਅਸੀਂ ਭਜਾ ਕੇ ਚਲੇ ਗਏ, ਤਾਂ ਗਾਹਾਂ ਕਿਉਂ ਨਹੀਂ ਦੇਖਿਆ? ਗਾਣਾ ਤਾਂ ਜੰਗਲ ਫੂਕਤਾ, ਸਾਹਿਬ ਜ਼ਰੂਰੀ ਸੀ, ਜੰਗਲ ਨਹੀਂ ਜ਼ਰੂਰੀ ਸੀਗਾ। ਅਣਗਹਿਲੀ ਹੈਗੀ ਆ ਕਿਸੇ, ਅਣਗਹਿਲੀ ਹੋਈ ਆ ਬਾਈ ਜੀ, ਥੋੜ੍ਹੀ ਤੋਂ ਬਾਅਦ ਅਣਗਹਿਲੀ ਕੀ ਹੋਊਗੀ, ਇੱਦੋਂ ਬਾਅਦ ਅਣਗਹਿਲੀ ਕੀ ਹੋਊਗੀ? ਸੋ ਪੇੜਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੋਣਾ। ਆਹ ਦੇਖੋ ਤੁਹਾਡੇ ਸਾਹਮਣੇ ਪੇੜ ਤਾਂ ਹੱਸਦਾ, ਕਹਿੰਦਾ ਪੱਤੇ ਮੱਚੇ ਪਏ ਨਹੀਂ, ਉਹ ਦੇਖੋ ਗਾਹ, ਦੇਖੋ ਉੱਧਰ ਮਾਰੋ ਕੈਮਰਾ ਮਾਰੋ, ਦੇਖੋ ਕੀ ਹਾਲ ਹੋਇਆ ਹੋਇਆ, ਆਹ ਹਾਲ ਹੈ ਦੇਖ ਲਓ। ਉਹ ਪਰਾਂ ਤੱਕ ਦੇ ਜਿੱਥੇ ਤੱਕ ਧੂੰਏ ਦੇ ਲਾਟ ਵਗਦੀ ਆ, ਉਹ ਜਦੋਂ ਤੁਹਾਡਾ ਕੈਮਰਾ ਵੱਧ ਰਿਹਾ ਧੂੰਏ ਦੇ ਪਿੱਛੇ ਲਾਟ ਆ ਗਈ, ਆਹ ਚੀਜ਼ ਆ। ਤੋ ਬਾਕੀ ਇੱਕ ਪਹਿਲਾਂ ਜਿਹੜੀ ਕਿ ਅੱਗ ਲੱਗਣ ਦੀ ਘਟਨਾ ਵਾਪਰੀ ਉਸ ਦੇ ਉੱਪਰ ਜਿਹੜੀ ਹੈ ਇਹਨਾਂ ਨੂੰ ਇੱਕ ਗੱਡੀ ਹੋਰ ਮੰਗਾਉਣੀ ਪੈਣੀ, ਉਦੋਂ ਪਹਿਲਾਂ ਕਾਬੂ ਨਹੀਂ ਹੁੰਦੀ, ਜਦ ਤੱਕ ਉੱਧਰ ਗੱਡੀ ਨਹੀਂ ਜਾਂਦੀ। ਹਾਂ, ਤੇ ਹੁਣ ਤੱਕ ਸਿਰਫ ਅੱਗ ਦੇ ਉੱਪਰ ਕਾਬੂ ਪਾਉਣ ਲਈ ਸਿਰਫ ਇੱਕੋ ਹੀ ਗੱਡੀ ਪਹੁੰਚੀ, ਇੱਕੋ ਹੀ ਗੱਡੀ ਪਹੁੰਚੀ, ਬਹੁਤ ਏਰੀਆ ਕਵਰ ਕਰ ਲਿਆ ਜੀ ਅੱਗ ਨੇ। ਇਹ ਤਾਂ ਹੁਣ ਫੈਲੂਗੀ, ਹਵਾ ਚੱਲ ਰਹੀ ਆ, ਫੈਲੂਗੀ, ਹਵਾ ਚੱਲ ਰਹੀ ਆ। ਸੋ ਟੋਟਲ ਕਿੰਨਾ ਕੁ ਏਰੀਆ ਹੈਗਾ ਜਿਹੜਾ ਕਿ ਇਸ ਪੂਰੇ ਜੰਗਲ 5 ਕਿੱਲੇ ਤਾਂ ਹੈਗੇ ਨੇ ਘੱਟੋ ਘੱਟ? ਹਾਂ, ਸੋ 5 ਕਿੱਲਿਆਂ ਦੇ ਵਿੱਚ ਇਹ ਅੱਗ ਜਿਹੜੀ ਲੱਗੀ ਹੋਈ ਆ ਅਤੇ ਇਹ ਅੱਗ ਤੇਜ਼ੀ ਦੇ ਨਾਲ ਫੈਲਦੀ ਜਾ ਰਹੀ ਹੈ, ਜਿਸ ਕਰਕੇ ਹਰ ਪਾਸੇ ਤੁਹਾਨੂੰ ਧੂੰਆਂ ਹੀ ਧੂੰਆਂ ਜਿਹੜਾ ਨਜ਼ਰ ਆਵੇਗਾ। ਅਤੇ ਜਿਹੜੇ ਕਿ ਮੌਕੇ ਦੇ ਉੱਪਰ ਅਧਿਕਾਰੀ ਪਹੁੰਚੇ ਨੇ ਉਹਨਾਂ ਦਾ ਕਹਿਣਾ ਕਿ ਅੱਗ ਲੱਗਣ ਦੀ ਜਿਹੜੀ ਵਜ੍ਹਾ ਉਹ ਇੱਕ ਅਣਗਹਿਲੀ ਹੈ, ਕਿਉਂਕਿ ਇੱਕ ਥਾਂ ਦੇ ਉੱਪਰ ਜਦੋਂ ਅੱਗ ਲੱਗਦੀ ਹੈ ਤਾਂ ਉਸਦੇ ਉੱਪਰ ਕਾਬੂ ਤਾਂ ਪਾ ਲਿਆ ਜਾਂਦਾ, ਪਰ ਅੱਗੇ ਜਦੋਂ ਅੱਗ ਫੈਲ ਜਾਂਦੀ ਹੈ ਤਾਂ ਉਸਨੂੰ ਅਣਗੋਲਿਆ ਕਰ ਦਿੱਤਾ ਜਾਂਦਾ, ਜਿਸ ਦਾ ਖਮਿਆਜ਼ਾ ਹੁਣ ਇਹ ਹੋਇਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੂਰਾ ਜਿਹੜਾ ਕਿ 5
ਏਕੜ ਦੇ ਕਰੀਬ ਜਿਹੜਾ ਕਿ ਇਹ ਰਕਬਾ ਉਹ ਅੱਗ ਦੀ ਚਪੇੜ ਦੇ ਵਿੱਚ ਆ ਚੁੱਕਿਆ ਅਤੇ ਇਹ ਪੂਰਾ ਏਰੀਆ ਜਿਹੜਾ ਹੈਗਾ ਆ ਇਹ ਜੰਗਲਾਤ ਵਿਭਾਗ ਦਾ ਦੱਸਿਆ ਜਾ ਰਿਹਾ ਅਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ। ਉੱਧਰ ਦੇਖ ਸਕਦੇ ਹੋ ਕਿ ਕਿੰਨੀ ਜਿਹੜੀ ਕਿ ਮੁਸ਼ਕਤ ਦੇ ਨਾਲ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਿਹੜੇ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਹੈਗੇ ਨੇ ਉਹ ਅੱਗ ਦੇ ਉੱਪਰ ਕਾਬੂ ਪਾ ਰਹੇ ਹੈਗੇ ਨੇ। ਸੋ ਇਸ ਵੇਲੇ ਇਸ ਜਿਹੜਾ ਕਿ ਅੱਤ ਦੀ ਗਰਮੀ ਵੀ ਪੈ ਰਹੀ ਹੈ, ਸੂਰਜ ਪੂਰੇ ਜਿਹੜਾ ਕਿ ਅੱਗ ਦੇ ਜਿਹੜਾ ਕਿ ਤਪਸ਼ ਦੇ ਕਰਕੇ ਪੂਰਾ ਜਨਜੀਵਨ ਪ੍ਰਭਾਵਿਤ ਹੋ ਰਿਹਾ। ਜਿਸ ਥਾਂ ਦੇ ਉੱਪਰ ਅੱਗ ਲੱਗੀ ਹੈ ਉੱਥੇ ਹਾਲਾਤ ਇੰਨੇ ਜ਼ਿਆਦਾ ਹੁੰਮਸ ਭਰੇ ਨੇ, ਇੰਨੇ ਜ਼ਿਆਦਾ ਇੱਥੇ ਕਿ ਜਿਹੜੀ ਹੈ ਧੂੰਆਂ ਹੈਗਾ ਕਿ ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ। ਪਰ ਜਿਹੜੇ ਇਹ ਮੁਲਾਜ਼ਮ ਹੈਗੇ ਨੇ, ਸਲਿਊਟ ਹੈ ਇਹਨਾਂ ਨੂੰ ਜਿਨ੍ਹਾਂ ਦੇ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾ ਜਿਹੜਾ ਕਿ ਇਹ ਲਗਾਤਾਰ ਆਪਣਾ ਜਿਹੜੇ ਕਿ ਆਪਣੀ ਡਿਊਟੀ ਕਰ ਰਹੇ ਹੈਗੇ ਨੇ। ਸੋ ਕਾਫੀ ਵੱਡਾ ਏਰੀਆ ਜਿੱਥੇ ਵੀ ਤੁਸੀਂ ਨਜ਼ਰ ਮਾਰੋਗੇ ਹਰ ਪਾਸੇ ਤੁਹਾਨੂੰ ਧੂੰਆਂ ਹੀ ਧੂੰਆਂ ਨਜ਼ਰ ਆਵੇਗਾ। ਇੱਥੋਂ ਦੇਖੋ ਕਿ ਕੁਝ ਜਿਹੜੇ ਵੱਡੇ ਵੱਡੇ ਪੇੜ ਹੈਗੇ ਨੇ ਉਹਨਾਂ ਦੀਆਂ ਜੜ੍ਹਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਉਹ ਕੈਮਰਾ ਪਰਸਨ ਨੂੰ ਕਹੂੰਗਾ ਕਿ ਉਹ ਤਸਵੀਰ ਦਿਖਾਈ ਜਾਵੇ ਕਿ ਜਿਹੜੀਆਂ ਕਿ ਜੜ੍ਹਾਂ ਹੈਗੀਆਂ ਨੇ ਉਹ ਵੀ ਉਹ ਅੱਗ ਦੇ ਕਰਕੇ ਖੋਖਲੀਆਂ ਹੋ ਚੁੱਕੀਆਂ ਅਤੇ ਕਿਸੇ ਵੀ ਸਮੇਂ ਜਿਹੜੇ ਕਿ ਪੇੜ ਹੈਗੇ ਨੇ ਜਾਂ ਫਿਰ ਦਰਖਤ ਹੈਗੇ ਨੇ ਉਹ ਡਿੱਗਣ ਦਾ ਵੀ ਖਤਰਾ ਬਣਿਆ ਹੋਇਆ। ਦੇਖ ਸਕਦੇ ਹੋ ਕਿੰਨਾ ਵੱਡਾ ਇਹ ਏਰੀਆ ਹੈ ਜਿੱਥੇ ਕਿ ਹੁਣ ਅੱਗ ਹੀ ਅੱਗ ਤੁਹਾਨੂੰ ਨਜ਼ਰ ਆਵੇਗੀ ਅਤੇ ਇਹ ਸਫੈਦੇ ਦੇ ਪੇੜ ਹੈਗੇ ਨੇ ਉਹਨਾਂ ਦੀਆਂ ਜੜ੍ਹਾਂ ਨੂੰ ਵੀ ਅੱਗ ਪੈ ਚੁੱਕੀ ਹੈਗੀ ਹੈ ਅਤੇ ਕਿਸੇ ਵੀ ਸਮੇਂ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰਨ ਦੀ ਵੀ ਇਹ ਗੱਲ ਸਾਹਮਣੇ ਆ ਰਹੀ ਹੈ। 5 ਏਕੜ ਦੇ ਕਰੀਬ ਜਿਹੜਾ ਕਿ ਰਕਬਾ ਇਸ ਸਮੇਂ ਦੱਸਿਆ ਜਾ ਰਿਹਾ ਕਿ ਉਹ ਅੱਗ ਦੀ ਚਪੇੜ ਦੇ ਵਿੱਚ ਆਇਆ ਹੋਇਆ ਅਤੇ ਲਗਾਤਾਰ ਜਿਹੜੀ ਅੱਗ ਹੈ ਉਹ ਫੈਲਦੀ ਜਾ ਰਹੀ ਹੈ ਅਤੇ ਹੋਰ ਵੀ ਜਿਹੜਾ ਖਤਰਾ ਨਾ ਵਧੇ ਇਸ ਨੂੰ ਲੈ ਕੇ ਹੋਰ ਜਿਹੜੇ ਕਿ ਫਾਇਰ ਬ੍ਰਿਗੇਡ ਟੈਂਡਰ ਹੈਗੇ ਨੇ ਉਹਨਾਂ ਨੂੰ ਮੌਕੇ ਦੇ ਉੱਪਰ ਸੱਦਿਆ ਗਿਆ, ਮੌਕੇ 'ਤੇ ਬੁਲਾਇਆ ਗਿਆ ਤਾਂ ਕਿ ਜਿਹੜੀ ਸਥਿਤੀ ਹੈ ਉਸਨੂੰ ਕੰਟਰੋਲ ਕੀਤਾ ਜਾ ਸਕੇ। ਸੋ ਦੇਖੋ ਕਿ ਜਿਹੜਾ ਕਿ ਅਗਲਾ ਪਾਸਾ ਹੈਗਾ ਹੈ ਉਸਨੂੰ ਅੱਗ ਨੂੰ ਤਾਂ ਬੁਝਾ ਦਿੱਤਾ ਗਿਆ ਪਰ ਜਿਹੜੀ ਪਿਛਲੇ ਪਾਸੇ ਅੱਗ ਹੈ ਉਹ ਲਗਾਤਾਰ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਸੋ ਇਸ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਫਾਇਰ ਬ੍ਰਿਗੇਡ ਟੈਂਡਰ ਹੈ ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਅਤੇ ਜਿਸ ਦੀ ਅਣਗਹਿਲੀ ਦੀ ਵਜ੍ਹਾ ਕਰਕੇ ਇਹ ਹਾਦਸਾ ਹੋਇਆ ਉਸ ਸੰਬੰਧੀ ਜਿਹੜੀ ਹੈ ਐਕਸ਼ਨ ਲੈਣ ਦੀ ਵੀ ਗੱਲ ਆਖੀ ਜਾ ਰਹੀ ਹੈ ਅਤੇ ਪੂਰੀ ਜਿਹੜੀ ਰਿਪੋਰਟ ਹੈ ਉਹ ਬਣਾਈ ਜਾਵੇਗੀ। ਸਭ ਜਿਹੜੇ ਅਪਡੇਟ ਲਈ ਜੁੜੇ ਹੋ ਹਮਦਰਦ ਟੀਵੀ ਨਾਲ, ਕੈਮਰਾ ਪਰਸਨ ਮੋਹਨ ਦੇ ਨਾਲ ਪਰਵਿੰਦਰ ਮੋਹਾਲੀ।